ਬਹੁਤ ਬਹੁਤ ਵਧਾਈਆਂ ਜੀ। ਥੈਂਕ ਯੂ ਜੀ। ਅਸੀਂ ਡਾਕਟਰ ਬਿਆਦ ਮਨਾ ਰਹੇ ਹਾਂ, ਠੀਕ ਹੋ। ਥੈਂਕ ਯੂ ਸੋ ਮੱਚ ਜੀ ਵਿਪਨ ਜੀ, ਤੁਸੀਂ ਸਪੈਸ਼ਲ ਆਏ ਹੋ ਇੱਥੇ ਜੀ ਆਇਆਂ ਨੂੰ ਤੁਹਾਨੂੰ ਬਹੁਤ। ਮੈਨੂੰ ਇਹ ਲੱਗਦਾ ਕਿ ਡਾਕਟਰਸ ਡੇ ਇੱਕ ਤਰ੍ਹਾਂ ਯਾਦ ਕਰਾਉਂਦਾ ਡਾਕਟਰਸ ਨੂੰ ਕਿ ਤੁਸੀਂ ਵੀ ਸੁਸਾਇਟੀ ਲਈ ਕੰਮ ਕਰ ਰਹੇ ਹੋ, ਜਾਂ ਹੋਰ ਮਿਹਨਤ ਨਾਲ ਕੰਮ ਕਰੋ ਤਾਂ ਕਿ ਸੁਸਾਇਟੀ ਦਾ ਆਪਾਂ ਹੋਰ ਬਿਹਤਰ ਸੁਸਾਇਟੀ ਲਈ ਕੰਮ ਕਰ ਸਕੀਏ। ਅਤੇ ਇਹਨੂੰ ਯਾਦ ਕਰਾ ਕੇ ਇਸ ਦਿਨ ਨੂੰ ਡਾਕਟਰਸ ਨੂੰ ਵੀ ਅੱਛਾ ਫੀਲ ਹੁੰਦਾ, ਸਾਰੇ ਵਿਸ਼ ਕਰਦੇ ਆ, ਅਤੇ ਡਾਕਟਰਸ ਨੂੰ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਲੋਕਾਂ ਲਈ ਅਤੇ ਸੁਸਾਇਟੀ ਲਈ ਹੋਰ ਵੱਧ ਚੜ੍ਹ ਕੇ ਕੰਮ ਕਰਨ। ਸਰ, ਡਾਕਟਰ ਡੇ ਜਿਹੜਾ ਹੈਗਾ ਇਹ ਸੈਲੀਬ੍ਰੇਟ ਕੀਤਾ ਜਾਂਦਾ ਬੇਸਿਕਲੀ ਡਾਕਟਰਸ ਨੂੰ ਓਨਰ ਕਰਨ ਲਈ, ਇਨ ਦਾ ਮੈਮਰੀ ਆਫ ਲੇਟ ਸ਼੍ਰੀ ਡਾਕਟਰ ਜਿਹੜੇ ਸਾਡੇ ਰਹੇ ਹੈ ਡਾਕਟਰ ਵਿਧਾਨ ਚੰਦਰਾ ਰੋਏ। 1882 ਦੇ ਵਿੱਚ ਉਹਨਾਂ ਦਾ ਸਾਰਾ ਜਿਹੜਾ ਲਾਈਫ ਕਾਲ ਰਿਹਾ ਹੈਗਾ, ਇਹ ਉਹਨਾਂ ਦੀ ਜਿਹੜੀ ਲਾਈਫ ਦਾ ਜਿਹੜਾ ਕਾਲ ਰਿਹਾ ਉਹ ਇੱਕ ਐਗਜ਼ਾਮਪਲ ਹੈ ਡਾਕਟਰਸ ਲਈ। ਸੋ ਉਹਨਾਂ ਦੀ ਮੈਮਰੀ ਦੇ ਲਈ ਜਿਹੜੇ ਡਾਕਟਰਸ ਜਿਹੜੇ ਇੰਨੀ ਜ਼ਿਆਦਾ ਸੇਵਾ ਲੋਕਾਂ ਨੂੰ ਦਿੰਦੇ ਨੇ, ਠੀਕ ਹੈ, ਨਿਰਸਵਾਰਥ ਹੋ ਕੇ, ਬਿਲਕੁਲ ਨਿਰਪੱਖ ਹੋ ਕੇ, ਕੋਈ ਜਾਤੀ ਦਾ ਮਸਲਾ ਨਹੀਂ, ਕੋਈ ਕਿਸੇ ਚੀਜ਼ ਦਾ ਮਸਲਾ ਨਹੀਂ। ਸੋ ਉਹਨਾਂ ਨੂੰ ਅੱਜ ਇੱਕ ਮੌਕਾ ਹੈ ਕਿ ਆਪਾਂ ਉਹਨਾਂ ਨੂੰ ਇੱਕ ਓਨਰ ਕਰ ਸਕੀਏ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਅੱਜ ਅਸੀਂ ਡਾਕਟਰ ਡੇ ਮਨਾ ਰਹੇ ਹਾਂ, ਔਰ ਕੀ ਕਹੋਗੇ ਜੀ? ਪਹਿਲਾਂ ਤਾਂ ਜੀ ਸਾਰਿਆਂ ਨੂੰ ਮੁਬਾਰਕਾਂ, ਮੇਰੇ ਸੀਨੀਅਰਸ ਅਤੇ ਕੁਲੀਗਸ ਨੂੰ ਡਾਕਟਰ ਦੇ ਵਧਾਈਆਂ। ਅੱਜ ਦੇ ਦਿਨ ਅਸੀਂ 1883 ਜੇ ਡਾਕਟਰ ਹੁੰਦੇ ਡਾਕਟਰ ਵਿਧਾਂਤ ਰਾਏ, ਉਹਨਾਂ ਨੂੰ ਯਾਦ ਕਰਕੇ ਆਹ ਡੇ ਬਣਾਇਆ ਜਾਂਦਾ ਹੈਗਾ ਜੀ। ਅਤੇ ਆਮ ਕਿਹਾ ਜਾਂਦਾ ਹੈਗਾ ਕਿ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਗਿਣਿਆ ਜਾਂਦਾ ਜੀ, ਉਹਦੇ ਬਾਰੇ ਤੁਹਾਡੀ ਸਰ? ਡਾਕਟਰ ਨੂੰ ਰੱਬ ਦਾ ਦੂਜਾ ਰੂਪ ਤਾਂ ਕਿਹਾ ਜਾਂਦਾ ਕਿਉਂਕਿ ਉਹ ਆਪਣੇ ਘਰ ਬਾਰ ਪਹਿਲਾਂ ਛੱਡ ਕੇ ਮਰੀਜ਼ਾਂ ਦਾ ਹੀ ਖੜ੍ਹੇ ਰਹਿੰਦੇ ਆ। ਜਿਵੇਂ ਹੁਣ ਕਰੋਨਾ ਆਇਆ ਸੀਗਾ, ਉਦੋਂ ਵੀ ਅਸੀਂ ਸਾਰਿਆਂ ਨੇ ਘਰ ਬਾਰ, ਸਾਨੂੰ ਛੁੱਟੀਆਂ ਮਿਲਣੀਆਂ ਬੰਦ ਹੋ ਗਈਆਂ ਸੀ, ਘਰਦਿਆਂ ਦਾ ਮੂੰਹ ਵੀ ਨਹੀਂ ਦੇਖਿਆ ਸੀਗਾ, 15-15, 20-20 ਦਿਨ, ਮਹੀਨਾ ਪੇਸ਼ੈਂਟ 'ਚ ਲੱਗੇ ਰਹੀਦਾ ਸੀਗਾ। ਇਸ ਕਰਕੇ ਸ਼ਾਇਦ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੋਊਗਾ। ਕਰੋਨਾ ਪ੍ਰਤੀ ਅਸੀਂ ਆਪਦੀ ਇਮਾਨਦਾਰੀ ਨਾਲ ਕੰਮ ਕਰਦੇ ਹਾਂ। ਪਹਿਲਾਂ ਤਾਂ ਥੈਂਕ ਯੂ ਸੋ ਮੱਚ। ਅਸੀਂ 1 ਜੁਲਾਈ ਨੂੰ ਡਾਕਟਰ ਵਿਧਾਂਤ ਰੋਏ ਚੰਦਰਾ ਨੂੰ ਯਾਦ ਕਰਦੇ ਹੋਏ ਅੱਜ ਡਾਕਟਰਸ ਡੇ ਮਨਾ ਰਹੇ ਹਾਂ। ਡਾਕਟਰਸ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਕਿਉਂਕਿ ਉਹ ਆਪਣਾ ਸਾਰਾ ਘਰ ਬਾਰ ਛੱਡ ਕੇ, ਆਪਣੀ ਸਾਰੀ ਰਿਸਪੋਂਸੀਬਿਲਿਟੀਜ਼ ਘਰੇ ਛੱਡ ਕੇ ਅਸੀਂ ਇੱਥੇ ਆ ਕੇ ਲੋਕਾਂ ਦੀ ਸੇਵਾ ਕਰ ਰਹੇ ਹਾਂ, ਸਪੈਸ਼ਲੀ ਗਵਰਨਮੈਂਟ ਸੈਟਅਪ 'ਚ। ਠੀਕ ਹੈ, ਇੱਥੇ ਤਾਂ ਮਰੀਜ਼ ਹੋਰ ਵੀ ਬਹੁਤ ਜ਼ਿਆਦਾ ਇੱਦਾਂ ਦੇ ਆਉਂਦੇ ਨੇ ਜਿਨ੍ਹਾਂ ਕੋਲ ਜ਼ਿਆਦਾ ਸਹੂਲੀਅਤ ਨਹੀਂ ਹੈਗੀ, ਜ਼ਿਆਦਾ ਪੈਸਾ ਨਹੀਂ ਹੈਗਾ, ਅਤੇ ਸਾਨੂੰ ਉਹਨਾਂ ਦੀ ਸੇਵਾ ਕਰਨ ਵਿੱਚ ਬਹੁਤ ਹੀ ਜ਼ਿਆਦਾ ਪ੍ਰਿਵਲੇਜ ਅਤੇ ਬਹੁਤ ਜ਼ਿਆਦਾ ਸੁੱਖ ਮਹਿਸੂਸ ਹੁੰਦਾ ਹੈ।